ਹੈਲੋ ਵਿਊਅਰਸ, ਅਸਲਾਮ ਵਾਲੇਕੁਮ, ਵੈਲਕਮ ਕਹਿੰਦੇ ਹਾਂ ਤੁਹਾਨੂੰ ਆਪਣੇ ਇਸ ਨਵੇਂ ਵਲੋਗ ਦੇ ਵਿੱਚ। ਅਤੇ ਅੱਜ ਦਾ ਵਲੋਗ ਹੈ ਆਪਣਾ ਮੌਸਮ 'ਤੇ। ਕਾਫੀ ਦਿਨਾਂ ਤੋਂ, ਕਾਫੀ ਦਿਨ ਕੀ ਬਲਕਿ ਇੱਕ ਮਹੀਨਾ ਹੋ ਗਿਆ, ਇੰਨੀ ਜ਼ਿਆਦਾ ਗਰਮੀ, ਇੰਨੀ ਜ਼ਿਆਦਾ ਹਵਸ, ਅਤੇ ਯਾਰ ਅਸੀਂ ਦੁਆਵਾਂ ਕਰਦੇ ਸੀ ਕਿ ਅੱਲਾ ਪਾਕ ਬਾਰਿਸ਼ ਪਾ, ਅੱਲਾ ਪਾਕ ਆਪਣੀ ਰਹਿਮਤ ਨਾਜ਼ਰ ਫਰਮਾ। ਅਤੇ ਭਾਅ ਜੀ, ਕੱਲ੍ਹ ਰਾਤ ਅੱਲਾ ਪਾਕ ਨੇ ਬਾਰਿਸ਼ ਪਾਈ, ਅਤੇ ਇੰਨੀ ਕੁ ਬਾਰਿਸ਼ ਪਈ ਕਿ ਭਾਅ ਜੀ ਰੂਹ ਤਾਜ਼ਾ ਹੋ ਗਈ। ਮੈਂ ਕਹਿੰਦਾ ਦਿਲ ਬਾਗ ਬਾਗ ਹੋ ਗਿਆ, ਬੜਾ ਮਜ਼ਾ ਆਇਆ। ਅਤੇ ਉਹ ਮੈਂ ਆਖਿਆ ਜੀ ਕਿਆ ਬਾਤ, ਮੈਂ ਕਿਹਾ ਚਲੋ ਜ਼ਰਾ ਅੱਜ ਆਪਣੇ ਨਾਜ਼ਰੀ ਨੂੰ ਬਾਹਰ ਦਾ ਵਿਊ ਵਿਖਾ ਕੇ ਆਈਏ, ਮੌਸਮ ਬਹੁਤ ਅੱਛਾ ਹੋ ਗਿਆ। ਅਤੇ ਇਹ ਵੀ ਕਿ ਯਾਰ ਬਾਰਿਸ਼ ਪਈ ਹੈ, ਪਰ ਹਰ ਪਾਸੇ ਪਾਣੀ ਵੀ ਹੋ ਗਿਆ। ਅਤੇ ਇਹ ਵੀ ਕਿ ਅਸੀਂ ਆਪੇ ਦੁਆਵਾਂ ਕਰਨੇ, ਗੱਲਾਂ ਪਾ ਕੇ ਬਾਰਿਸ਼ ਪਾ, ਆਪਣੀ ਰਹਿਮਤ ਨਾਜ਼ਲ ਕਰ। ਅਤੇ ਹੁਣ ਜਦੋਂ ਬਾਰਿਸ਼ ਹੁੰਦੀ ਹੈ ਅਤੇ ਬਾਅਦ 'ਚ ਇੰਨਾ ਪਾਣੀ ਇਕੱਠਾ ਹੋ ਜਾਂਦਾ, ਅਤੇ ਬੜਾ ਆਉਂਦਾ ਕਿ ਯਾਰ ਹਰ ਵਾਰ ਚਿੱਕੜ ਖੋਬਾ ਹੋ ਗਿਆ, ਇੰਨਾ ਪਾਣੀ ਇਕੱਠਾ ਹੋ ਗਿਆ। ਅਤੇ ਭਾਅ ਜੀ, ਅੱਜ ਆਪਾਂ ਤੁਹਾਨੂੰ ਆਪਣੇ ਇਲਾਕੇ ਦਾ ਵਿਜ਼ਿਟ ਕਰਵਾਉਂਦੇ ਹਾਂ, ਅਤੇ ਆਪਣੇ ਇਲਾਕੇ ਦਾ ਜੀ ਦੱਸਣਾ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਪਾਣੀ ਖੜ੍ਹਾ, ਅਤੇ ਕੀ ਨਿਜ਼ਾਮ ਖਰਾਬ ਹੋਏ ਪਏ ਨੇ। ਅਤੇ ਆਓ ਭਾਅ ਜੀ, ਇਹ ਤਾਂ ਜੇ ਆਪਣਾ ਇਲਾਕਾ ਸ਼ਿਦਗਾ, ਇੱਥੇ ਭਾਅ ਜੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਰਹੇ ਹਾਂ ਕਿ ਸਾਡੇ ਐਸ ਐਮ ਇਲਾਕੇ ਦੇ ਵਿੱਚ ਕਿੱਥੇ ਕਿੱਥੇ ਕੀ ਕੰਮ ਖਰਾਬ ਹੋਏ ਹੋਏ ਨੇ, ਅਤੇ ਕਿਵੇਂ ਹਰ ਪਾਸੇ ਰਸਤੇ ਬੰਦ ਹੋਏ ਪਏ ਨੇ। ਆਓ ਭਾਅ ਜੀ, ਤੁਹਾਨੂੰ ਦਿਖਾਉਂਦੇ ਹਾਂ। ਹੈਲੋ ਜੀ, ਅਸਲਾਮ ਵਾਲੇਕਮ ਜੀ, ਇਹ ਸਾਡੇ ਜੀ ਦੋਸਤ ਵੀ ਨੇ, ਸਾਡੇ ਭਰਾ ਵੀ ਨੇ, ਯਾਸੀਨ ਭਾਈ ਨੇ। ਅੱਜ ਇਹਨਾਂ ਦੇ ਨਾਲ ਨਾ ਅਸੀਂ ਗੱਪ ਸ਼ੱਪ ਲੈਂਦੇ ਕਿ ਯਾਸੀਨ ਭਾਈ, ਅੱਗੇ ਵੀ ਬਾਰਿਸ਼ ਪੈਂਦੀ ਹੈ ਪਰ ਇੰਨਾ ਪਾਣੀ ਨਹੀਂ ਇਕੱਠਾ ਹੁੰਦਾ ਜਿੰਨਾ ਇਸ ਵਾਰ ਇਕੱਠਾ ਹੋ ਗਿਆ। ਯਾਸੀਨ ਕੀ ਦੱਸੋ ਤੁਹਾਨੂੰ ਪਾਣੀ ਕਿੱਥੋਂ ਇੰਨਾ ਪਾਣੀ ਆ ਗਿਆ? ਠੀਕ ਹੈ, ਬਾਰਿਸ਼ ਹੋਈ ਹੈ ਲੇਕਿਨ ਇੰਨੀ ਪਾਣੀ, ਇੰਨਾ ਬਾਰਿਸ਼ ਨਹੀਂ, ਇੰਨਾ ਪਾਣੀ ਇਕੱਠਾ ਹੋ ਜਾਵੇ ਪਾਣੀ? ਦੇਖੋ ਕਿ ਪਾਣੀ ਪਹਿਲੇ ਵੀ ਬੜੀ ਬਾਰਿਸ਼ ਹੋਈ ਹੈ, ਕਈ ਦਫ਼ਾ ਹੋਈ ਹੈ, ਮਗਰ ਇਹ ਕਿ ਜਿਹੜਾ ਗੈਬਾਂ 'ਚ ਪਾਣੀ ਹੈ ਨਾ, ਉਹਦੀ ਵਜ੍ਹਾ ਤੋਂ ਬੈਗ ਫਲੋ ਕੀਤਾ ਉਹਨੇ, ਉਹਦੀ ਵਜ੍ਹਾ ਤੋਂ ਦੇਖੋ ਤੁਸੀਂ ਇਸ ਸਾਈਡ 'ਤੇ ਉਹ ਚੱਟ ਵਾਲੀ ਸਾਈਡ 'ਤੇ ਪਾਣੀ ਜਾ ਰਿਹਾ। ਅਦਰਵਾਈਜ਼ ਪਾਣੀ ਜਿੰਨੀ ਦਫ਼ਾ ਮਰਜ਼ੀ, ਜਿੰਨੀ ਮਤਲਬ ਬਾਰਿਸ਼ ਹੋਈ ਹੈ, ਕਦੀ ਵੀ ਇੰਨਾ ਪਾਣੀ ਨਹੀਂ ਆਇਆ ਜਿੰਨਾ ਇਸ ਦਫ਼ਾ ਪਾਣੀ ਆ ਚੁੱਕਿਆ। ਔਰ ਦੇਖੋ ਤੁਸੀਂ ਕਿ ਮੇਰਾ ਖਿਆਲ ਹੈ ਕਦੀ ਬਾਰਿਸ਼ ਹੋ ਰਹੀ ਉਹਨੇ ਫਲੋ ਕਰਕੇ ਉੱਪਰ ਆ ਜਾਣਾ ਸੜਕ 'ਤੇ, ਮਗਰ ਇਹ ਜਿੰਨਾ ਉੱਧਰ ਮੋਟਰ ਨਹੀਂ ਚੱਲੇਗੀ ਉਹਦੀ ਵਜ੍ਹਾ ਤੋਂ ਫਿਰ ਪਾਣੀ ਜਿਹੜਾ ਨਾ ਉਹ ਮਤਲਬ ਸਾਰਾ ਪਾਣੀ, ਕਿਉਂਕਿ ਢਲਾਣ ਇੱਧਰ ਦੀ ਹੈ, ਪਾਣੀ ਸਾਰਾ ਇੱਧਰ ਆ ਜਾਵੇ, ਕਿਉਂਕਿ ਬੈਗ ਆ ਰਿਹਾ, ਬੈਗ ਆ ਉਹਨਾਂ ਦੇ ਪਾਸੇ ਜੋ ਪਾਣੀ ਹੈ ਉਹ ਬੈਗ ਇੱਧਰ ਆ ਰਿਹਾ। ਹਾਂ, ਉਸ ਵਜ੍ਹਾ ਤੋਂ ਪਾਣੀ ਦੇਖੋ ਨਾ, ਜਿਹੜੇ ਕਿਨਾਰੇ ਦੇ ਨਾਲ ਪਾਣੀ ਲੱਗਾ ਹੋਇਆ, ਜਿਸ ਵਜ੍ਹਾ ਤੋਂ ਮਤਲਬ ਜ਼ਿਆਦਾ ਖਰਾਬ ਹੋਇਆ। ਇਹ ਤੁਹਾਨੂੰ ਅੱਗੇ ਵੀ ਦਿਖਾ, ਤੁਹਾਨੂੰ ਦੁਬਾਰਾ ਦਿਖਾ ਰਿਹਾ ਦੇਖੋ ਨਾ ਪਾਣੀ ਦਾ, ਅਗਰ ਜੀ ਇੱਕ ਦੀ ਬਾਰਿਸ਼ ਹੋ ਗਈ ਇਹ ਪਾਣੀ ਜਿਹੜਾ ਨਾ ਸੜਕ 'ਤੇ ਆ ਕੇ ਤੁਸੀਂ ਦਿਖਾ ਜੀ। ਆ ਦੇਖੋ ਨਾ ਹੁਣ ਪਾਣੀ ਇੰਨਾ ਖੜ੍ਹਾ ਵੀ, ਅਤੇ ਇਹਨੇ ਵੀ ਕ੍ਰਾਸ ਕਰ ਦੇਣਾ ਵਾ। ਇਹ ਦੇਖੋ ਯਾਰ ਕਿਆ ਬਾਤ ਹੈ, ਅਸੀਂ ਨਾ ਸਾਡੇ ਨਾ ਜਿਹੜੇ ਹੁਕਮਰਾਨ ਨੂੰ ਚਾਹੀਦਾ ਕਿ ਯਾਰ ਪੁੱਲ ਗਿਆ ਤਾਂ ਕੋਈ ਇੰਤਜ਼ਾਮ ਕਰਨਾ ਚਾਹੀਦਾ ਜੀ। ਯਾਰ ਇਹ ਵੀ ਦੇਖੋ ਜਨਾਬ, ਇਹ ਵੀ ਕਲੋਨੀ ਦਾ ਰਸਤਾ ਜਾਂਦਾ, ਇਹ ਵੀ ਤੋੜ ਪਾਣੀ ਹੈ, ਅਤੇ ਪਾਣੀ ਤਕਰੀਬਨ ਗੋਡਿਆਂ ਤੋਂ ਜ਼ਿਆਦਾ ਪਾਣੀ ਹੈ ਭਾਅ ਜੀ, ਹਰ ਪਾਸੇ ਗਰਾਉਂਡ ਗਲੀਆਂ, ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖ ਸਕਦੇ ਹਰ ਪਾਸੇ ਪਾਣੀ। ਅਤੇ ਲੋ ਦੇ ਭਾਅ ਜੀ ਇਹ ਜੀ ਸਾਡੀ ਕਲੋਨੀ, ਅਸੀਂ ਇਸ ਕਲੋਨੀ 'ਚ ਰਹਿੰਦੇ ਹਾਂ, ਸਾਡੀ ਕਲੋਨੀ ਦਾ ਨਾਮ ਹੈ ਪੱਟੋ ਕਲੋਨੀ ਸ਼ਾਦਰਾ। ਅਤੇ ਭਾਅ ਜੀ ਇਹ ਸਾਡੀ ਕਲੋਨੀ ਨੂੰ ਰਾਹ ਜਾਂਦਾ ਜੀ, ਇਹ ਵੀ ਦੇਖ ਲਓ ਭਾਅ ਜੀ ਪਾਣੀ ਹੋਇਆ ਪਿਆ। ਅਤੇ ਨਾਲ ਭਾਅ ਜੀ ਸਾਹਮਣੇ ਗਰਾਊਂਡ ਹੈ, ਬੱਚਿਆਂ ਦਾ ਗਰਾਊਂਡ ਹੈ, ਖੇਡਣ ਖੁਣ ਵਾਸਤੇ ਇੱਕ ਨਾ ਮੈਦਾਨ ਬਣਾ ਕੇ, ਚਲੋ ਬੱਚੇ ਬੁੱਚੇ ਨੇ ਖੇਡਦੇ ਖੂਡਦੇ ਨੇ, ਇੱਥੇ ਭਾਅ ਜੀ ਦੇਖ ਲਓ ਬੱਚੇ ਖੇਡਦੇ ਪਏ ਨੇ, ਲੇਕਿਨ ਭਾਅ ਜੀ ਬਹੁਤ ਜ਼ਿਆਦਾ ਪਾਣੀ, ਅਖੀਰ ਪਾਣੀ ਹੋ ਗਿਆ ਭਾਅ ਜੀ ਦੇਖੋ। ਉਸ ਤੋਂ ਬਾਅਦ ਜੀ ਇਹ ਜਿਹੜਾ ਬਾਹਰ ਦਾ ਮਾਹੌਲ ਹੈ, ਇੱਧਰ ਵੇਖ ਲਓ ਹਰ ਪਾਸੇ ਪਾਣੀ, ਹੁਣ ਲੰਘਣ ਨੂੰ ਵੀ ਰਾਹ ਕੋਈ ਨਹੀਂ। ਅਗਰ ਜੇ ਵੇਖਿਆ ਜਾਵੇ ਤਾਂ ਸਾਡੇ ਨਾ ਅਸੀਂ ਸੜਕ 'ਤੇ ਜਾਣਾ ਹੋਵੇ ਨਾ, ਸੜਕ 'ਤੇ ਜਾਣ ਵਾਸਤੇ ਭਾਅ ਜੀ ਇਹ ਸੜਕ ਹੈ ਸਾਡੀ, ਇਹ ਸੜਕ ਦੇ ਨਾਲ ਅੱਗੇ ਪੁੱਲ ਗਾਇਬ ਬੰਦ ਹੈ, ਅਤੇ ਪੁੱਲ ਗਾਇਬ ਬੰਦ ਥੱਲੇ ਪੁੱਲ ਦੇ ਥੱਲੇ ਗੁਜ਼ਰ ਕੇ ਅਤੇ ਫਿਰ ਅਸੀਂ ਸੜਕ 'ਤੇ ਜਾਣਾ ਹੁੰਦਾ। ਇਸ ਟਾਈਮ ਬੜੀ ਮੁਸ਼ਕਲ ਆ ਰਹੀ, ਮੋਟਰਸਾਈਕਲ ਵਾਲੇ ਜਿਹੜੇ ਨੇ ਗੁਜ਼ਰ ਨਹੀਂ ਸਕਦੇ,
ਉਹ ਕਿਵੇਂ ਲਿਆ ਕੇ ਦਿੰਦਾ? ਅੱਛਾ ਇੱਥੋਂ ਲਾਈਨਾਂ ਵੀ ਕ੍ਰਾਸ ਨਹੀਂ ਕਰ ਸਕਦੇ, ਇਹ ਲਾਈਨਾਂ ਵੀ ਲਾਈਨਾਂ ਵੀ ਕ੍ਰਾਸ ਨਹੀਂ ਕਰ ਸਕਦੇ, ਇਹ ਸਾਈਡਾਂ 'ਤੇ ਜੰਗਲੇ ਲੱਗੇ ਹੋਏ ਨੇ, ਰੇਲਵੇ ਵਾਲੇ ਨੇ ਇਹ ਨਾਲ ਨਾਲ ਜੰਗਲੇ ਲਾਏ ਹੋਏ ਨੇ ਆਪਣੇ, ਜਾਂ ਕਿ ਗਾਡਰ ਲਾਏ ਹੋਏ ਨੇ ਕਿ ਕੋਈ ਮੋਟਰਸਾਈਕਲ ਕ੍ਰਾਸ ਨਾ ਕਰ ਸਕੇ, ਕਿਉਂਕਿ ਇੱਥੇ ਨਾ ਹਾਦਸਾ ਵੀ ਹੁੰਦਾ ਸੀ ਨਾ ਲਾਈਨਾਂ 'ਤੇ ਹਾਦਸਾ ਹੁੰਦੇ ਨੇ, ਇਸ ਵਜ੍ਹਾ ਤੋਂ ਆ ਕੇ ਉਹਨਾਂ ਨੇ ਜੰਗਲੇ ਲਾਤੇ। ਹੁਣ ਮੋਟਰਸਾਈਕਲਾਂ ਵਾਸਤੇ ਪੁੱਲ ਜਗ੍ਹਾ ਵੀ ਉਹ ਤਾਂ ਬੰਦ ਹੋਇਆ ਫਿਰ, ਮੈਂ ਜਦੋਂ ਪੁੱਲ ਵੀ ਵਿਖਾਉਣਾ ਵਗੈਰਾ, ਇਹ ਜੰਗਲਾਂ ਦੀ ਵਜ੍ਹਾ ਤੋਂ ਮੋਟਰਸਾਈਕਲ ਬਹੁਤ ਜ਼ਿਆਦਾ ਮਸਲਾ ਬਣਦਾ, ਜਿਹੜੇ ਇੱਥੇ ਰਹਿੰਦੇ ਆ ਰਿਹਾਇਸ਼ੀ ਨਾ ਉਹਨਾਂ ਵਾਸਤੇ ਵੀ ਕਾਫੀ ਪ੍ਰੋਬਲਮ ਬਣਦੀ ਸੀ। ਠੀਕ ਹੈ, ਹਰ ਪਾਸੇ ਭਾਈ ਤਬਾਈ ਭਾਜੀ।